ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਤੇ ਦੋਸਤੋ ਜੇਕਰ ਤੁਸੀਂ HDFC ਬੈਂਕ ਦੀ ਚੈੱਕ ਬੁੱਕ ਆਨਲਾਈਨ ਅਪਲਾਈ ਕੀਤੀ ਹੈ ਤੇ ਤੁਸੀਂ ਆਪਣੀ ਚੈੱਕ ਬੁੱਕ ਨੂੰ ਕਿਵੇਂ ਟਰੈਕ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਜਿਸ ਤੋਂ ਤੁਹਾਨੂੰ ਪਤਾ ਲੱਗ ਸਕੇ ਕਿ ਕਿੰਨੇ ਦਿਨਾਂ ਵਿੱਚ ਤੁਹਾਡੀ ਚੈੱਕ ਬੁੱਕ ਤੁਹਾਡੇ ਦਿੱਤੇ ਹੋਏ ਐਡਰੈਸ ਤੇ ਆ ਜਾਵੇਗੀ ਜੇਕਰ ਤੁਸੀਂ ਇਸ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਸਭ ਤੋਂ ਪਹਿਲਾਂ ਕਿਸੇ ਵੀ ਵੈਬ ਬ੍ਰਾਊਜ਼ਰ ਨੂੰ ਓਪਨ ਕਰੋ ਤੇ ਇਸ ਵਿੱਚ ਟਾਈਪ ਕਰੋ HDFC ਨੈੱਟ ਬੈਂਕਿੰਗ ਤੇ ਸਰਚ ਕਰੋ ਪਹਿਲੇ ਲਿੰਕ ਤੇ ਕਲਿੱਕ ਕਰੋ ਇੱਥੇ ਆਪਣੀ ਕਸਟਮਰ ਆਈਡੀ ਫਿਲ ਕਰੋ ਤੇ ਕੰਟੀਨਿਊ ਆਪਸ਼ਨ ਤੇ ਕਲਿੱਕ ਕਰੋ ਪਾਸਵਰਡ ਐਂਟਰ ਕਰੋ ਤੇ ਲੌਗਇਨ ਆਪਸ਼ਨ ਤੇ ਕਲਿੱਕ ਕਰੋ ਸਿਕਿਉਰਿਟੀ ਪਰਪਸ ਲਈ ਮੈਂ ਇਹ ਸਟੈਪ ਨੂੰ ਸਕਿਪ ਕੀਤਾ ਹੈ ਅਕਾਊਂਟ ਆਪਸ਼ਨ ਵਿੱਚ ਰਿਕੁਐਸਟ ਆਪਸ਼ਨ ਤੇ ਕਲਿੱਕ ਕਰੋ ਸਕਰੋਲ ਡਾਊਨ ਕਰੋ ਚੈੱਕ ਬੁੱਕ ਇਸ ਆਪਸ਼ਨ ਤੇ ਕਲਿੱਕ ਕਰੋ ਐਰੋ ਤੇ ਕਲਿੱਕ ਕਰਕੇ ਅਕਾਊਂਟ ਸਿਲੈਕਟ ਕਰੋ ਤੇ ਕੰਟੀਨਿਊ ਆਪਸ਼ਨ ਤੇ ਕਲਿੱਕ ਕਰੋ ਕਲਿੱਕ ਹੇਅਰ ਇਸ ਆਪਸ਼ਨ ਤੇ ਕਲਿੱਕ ਕਰੋ ਸਿਲੈਕਟ ਆਪਸ਼ਨ ਤੇ ਕਲਿੱਕ ਕਰੋ ਅਦਰ অপশন ਨੂੰ সিলেক্ট ਕਰੋ ਪਿੰਨ ਕੋਡ ਐਂਟਰ ਕਰੋ ਇੱਥੋਂ ਅਸੀਂ ਏਟੀਐਮ ਡੈਬਿਟ ਕਾਰਡ ਚੈੱਕ ਬੁੱਕ ਡੈਬਿਟ ਪਿਨ ਵੈਲਕਮ ਕਿਟ ਇਹਨਾਂ ਨੂੰ ਟਰੈਕ ਕਰ ਸਕਦੇ ਹਾਂ ਸੋ ਅਸੀਂ ਚੈੱਕ ਬੁੱਕ ਨੂੰ ਸਿਲੇਕਟ ਕਰਾਂਗੇ ਮੋਡ ਆਫ ਰਿਕਵੈਸਟ ਇਸ ਨੂੰ ਸਿਲੇਕਟ ਕਰੋ ਅਸੀਂ ਨੈੱਟ ਬੈਂਕਿੰਗ ਕਰ ਰਹੇ ਹਾਂ ਰਿਕਵੈਸਟ ਦੀ ਡੇਟ ਕੀ ਸੀ ਉਸ ਨੂੰ ਸਿਲੇਕਟ ਕਰੋ ਸਬਮਿਟ অপਸ਼ਨ ਤੇ ਕਲਿੱਕ ਕਰੋ ਤੁਹਾਡੀ ਚੈੱਕ ਬੁੱਕ 7 ਦਿਨਾਂ ਦੇ ਅੰਦਰ ਤੁਹਾਡੇ ਦਿੱਤੇ ਹੋਏ ਐਡਰੈਸ ਤੇ ਡਿਲੀਵਰ ਹੋ ਜਾਵੇਗੀ। ਸੋ ਇਸ ਦੀ ਡੇਟ 7 ਅਗਸਤ 2023 ਹੈ ਤੇ ਦੋਸਤੋ 6 ਅਗਸਤ 2023 ਨੂੰ ਸਾਡੀ ਚੈੱਕ ਬੁੱਕ ਸਾਡੇ ਦਿੱਤੇ ਹੋਏ ਐਡਰੈਸ ਤੇ ਪਹੁੰਚ ਗਈ ਸੀ। ਸੋ ਜੇਕਰ ਵੀਡੀਓ ਵਿੱਚਲੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਕੀਪ ਲਰਨਿੰਗ, ਲਰਨ ਮੋਰ। ਥੈਂਕ ਯੂ।